ਬਾਲਾ ਦੇ ਡੇਰਾ ਨੂੰ ਲੈ ਕੇ ਮਹੰਤਾਂ ਦੇ ਵਿੱਚ ਚੱਲਿਆ ਆਪਸੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿੱਥੇ ਕਿ ਹੁਣ ਮਹੰਤ ਸਮਾਜ ਦੇ ਵੱਲੋਂ ਪਟਿਆਲਾ ਬੱਸ ਸਟੈਂਡ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਪ੍ਰਸ਼ਾਸਨ ਅਤੇ ਸਰਕਾਰ ਦੀ ਮਿਲੀ ਭੁਗਤ ਹੋਣ ਦੇ ਇਲਜ਼ਾਮ ਵੀ ਲਗਾਏ। ਇਸ ਮੌਕੇ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਦੇ ਵਿੱਚ ਢਿੱਲ ਵਰਤ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਬੰਦੀ ਬਣਾਇਆ ਗਿਆ ਅਤੇ ਬੀਤੇ ਦਿਨੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਮੈਂ ਕੀ ਕਹਿ ਸਕਦੀ ਹਾਂ, ਤੁਸੀਂ ਆਪ ਸਿਆਣੇ ਵਿਆਣੇ, ਪੁਲਿਸ ਅਗਰ ਕਾਰਵਾਈ ਨਹੀਂ ਕਰ ਰਹੀ, ਹੋ ਸਕਦਾ ਕੋਈ ਪੋਲੀਟੀਕਲ ਆਪਣਾ ਪ੍ਰੈਸ਼ਰ ਹੋ ਸਕਦਾ ਉਹਨੇ ਪੈਸੇ ਖਾਏ ਹੋ, ਉਹਨੇ ਪੈਸੇ ਖਿਲਾਏ ਹੋ, ਅਸੀਂ ਕੀ ਕਹਿ ਸਕਦੇ ਹਾਂ। ਤਾਂ ਪੁਲਿਸ ਹੀ ਬਤਾਏਗੀ ਨਾ ਉਹ ਕਾਰਵਾਈ ਕਿਉਂ ਨਹੀਂ ਕਰ ਰਹੀ ਆ। ਹਾਂਜੀ, ਬਾਕਾਇਦਾ ਕਾਗਜ਼ ਬਣੇ ਨੇ, ਬਾਕਾਇਦਾ ਕਾਗਜ਼ਾਂ 'ਤੇ 100 ਬੰਦਿਆਂ ਦੇ ਸਹਿ ਨੇ, ਮੇਰੀ ਕਿੰਨਰ ਕਮਿਊਨਿਟੀ ਕੇ ਜੋ ਮੇਨ ਮੈਂਬਰ ਹੈ ਉਹਨਾਂ ਸਭ ਕੇ ਸਾਈਨ ਅੰਗੂਠੇ ਲੱਗੇ ਹੋਏ ਹਾਂ। ਅਸੀਂ ਕਾਗਜ਼ ਦਿਖਾ ਚੁੱਕੇ ਹਾਂ, ਅਸੀਂ ਫਿਰ ਦਿਖਾ ਦਿੰਦੇ ਹਾਂ, ਠੀਕ ਹੈ ਨਾ। ਸਾਡੇ ਕੋਲ ਸਾਰੇ ਸਬੂਤ ਨੇ। ਉਸ ਤੋਂ ਬਾਅਦ ਵੀ ਜੇ ਕਾਰਵਾਈ ਪੁਲਿਸ ਨਹੀਂ ਕਰ ਰਹੀ, ਅਸੀਂ ਕੀ ਕਹਿ ਸਕਦੇ ਹਾਂ। ਤੁਸੀਂ ਆਪ ਸਮਝਦਾਰ ਹੋ। ਅੱਛਾ ਲੱਗ ਰਿਹਾ, ਹੱਕ ਮਾਨ ਦਾ ਸਾਥ ਦੇ ਰਹੇ ਹਾਂ, ਸੱਚ ਦਾ ਸਾਥ ਦੇ ਰਹੇ ਹਾਂ, ਅੱਛਾ ਹੀ ਲੱਗੂਗਾ। ਮੈਂ ਤਾਂ ਕਹਿ ਚੁੱਕੀ, ਮੈਂ ਪਹਿਲੇ ਵੀ ਕਹਿ ਚੁੱਕੀ ਹਾਂ, ਜਦ ਤੱਕ ਮੈਨੂੰ ਇਨਸਾਫ਼ ਨਹੀਂ ਮਿਲੂਗਾ, ਜਾਂ ਤਾਂ ਮੇਰੇ ਦੋ ਗੁਰ ਭਾਈ ਜਿਹੜੇ ਇਹਨਾਂ ਨੇ ਕਿਡਨੈਪ ਕੀਤੇ ਆ ਉਹ ਮੈਨੂੰ ਲਿਆ ਕੇ ਦੇਣ, ਠੀਕ ਹੈ ਨਾ। ਕਿਸ ਚੀਜ਼ ਦਾ ਇੰਤਜ਼ਾਰ ਕਰੀ ਪੁਲਿਸ? ਉਨਕੇ ਮਰਨੇ ਤੱਕ, ਉਨਕੇ ਮਰਡਰ ਤੱਕ, ਉਹਦੀ ਲਾਸ਼ ਮਿਲਣੇ ਤੱਕ ਵੇਟ ਕਰੀ? ਉਸ ਤੋਂ ਪਹਿਲੀ ਜਿੰਦਾ ਨੂੰ ਕਿਉਂ ਨਹੀਂ ਢੂੰਡ ਰਹੇ ਹਾਂ? ਸਾਡੀ ਰਣਨੀਤੀ ਇਹੀ ਹੈ, ਅਸੀਂ ਇੱਥੇ ਬੈਠੇ ਹੋਏ ਹਾਂ, ਜਾਂ ਤਾਂ ਸਾਨੂੰ ਇਨਸਾਫ਼ ਮਿਲੂਗਾ ਤਾਂ ਅਸੀਂ ਇੱਥੇ ਉੱਠਣਾ, ਜਾਂ ਫਿਰ ਸਾਡੀ ਜਾਨ ਜਾਏਗੀ ਸਾਰੇ ਹਿਜੜਿਆਂ ਦੀ, ਜਦ ਤੱਕ ਸਾਰੇ ਹਿਜੜੇ ਮਰਦੇ ਨਹੀਂ ਅਸੀਂ ਨਹੀਂ ਉੱਠਣਾ। ਭੁੱਖ ਹੜਤਾਲ 'ਤੇ ਬੈਠੀ ਹੋਈ ਹਾਂ, ਜਦ ਤੱਕ ਮੈਂ ਮਰਦੀ ਨਹੀਂ। ਮੈਂ ਕਹਿ ਚੁੱਕੀ ਹਾਂ, ਜਾਂ ਤਾਂ ਜਦ ਤੱਕ ਸਾਡੀ ਜਾਨ ਨਹੀਂ ਜਾਂਦੀ, ਸਾਡੀ ਲਾਸ਼ਾਂ ਉਠਾ ਕੇ ਲਿਜਾਣਾ ਇੱਥੇ ਹੋ, ਨਹੀਂ ਤਾਂ ਜਦ ਤੱਕ ਮੇਰੇ ਗੁਰ ਭਾਈ ਨਹੀਂ ਮਿਲਦੇ ਦੋਨੋਂ, ਮੈਨੂੰ ਇਨਸਾਫ਼ ਨਹੀਂ ਮਿਲਦਾ, ਠੀਕ ਹੈ ਨਾ। ਮੈਨੂੰ ਮੇਰਾ ਡੇਰਾ ਨਹੀਂ ਵਾਪਸ ਮਿਲਦਾ, ਉਹਨਾਂ ਨੂੰ ਅਰੈਸਟ ਨਹੀਂ ਕਰਦੇ ਸਿਮਰਨ ਨੂੰ ਔਰ ਸਿੰਮੀ ਨੂੰ ਅਤੇ ਪਾਰਵਤੀ ਨੂੰ ਅਤੇ ਉਹਨਾਂ ਨੂੰ ਗੁੰਡਿਆਂ ਨੂੰ। ਕਾਰਵਾਈ ਇਹੀ ਹੋਣੀ ਚਾਹੀਦੀ, ਸਾਡਾ ਡੇਰਾ ਜਿਹੜਾ ਹੈਗਾ ਅਸੀਂ ਖਰੀਦਿਆ ਆ, 3 ਕਰੋੜ ਰੁਪਇਆ ਦਿੱਤਾ ਅਸੀਂ, 150 ਹਿਜੜਿਆਂ ਦਾ ਪੈਸਾ ਹੈ ਉਹ, ਕਿਸੇ ਇਕੱਲੇ ਦਾ ਪੈਸਾ ਨਹੀਂ ਹੈ। ਅਸੀਂ ਬੇਘਰ ਹੋ ਚੁੱਕੇ ਹਾਂ, ਅਸੀਂ ਰੋਡ 'ਤੇ ਉਤਰੇ ਹੋਏ ਹਾਂ, ਰੋਡ 'ਤੇ ਖੜ੍ਹੇ ਹੋਏ, ਰੋਡ 'ਤੇ ਬੈਠੇ ਹੋਏ ਹਾਂ, ਸਾਨੂੰ ਨਾ ਘਰ ਤੋਂ ਬੇਘਰ ਕਰਤਾ, ਕਿਆ ਕਰੀਏ ਅਸੀਂ, ਕਿੱਥੇ ਜਾਈਏ? ਅਸੀਂ ਰੋਡ 'ਤੇ ਹੀ ਬਹਿਣਾ, ਫਿਰ ਹੋਰ ਕਿੱਥੇ ਜਾਣਾ? ਮੈਂ ਫਿਰ ਇੱਕ ਵਾਰੀ ਆਪ ਨੂੰ ਸਭ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਆਪ ਪੱਤਰਕਾਰ ਆਏ ਹੋ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ 'ਤੇ ਮੋਸਟ ਵੈਲਕਮ ਆਖਦਾ। ਜਿੰਨੇ ਵੀ ਕੋਈ ਚੈਨਲ ਨਾਲ ਜਾਂ ਕੋਈ ਪੇਪਰ ਨਿਊਜ਼ ਪੇਪਰ ਨਾਲ ਜਿੰਨੇ ਵੀ ਸੰਬੰਧਿਤ ਹੋ, ਵੇਖੋ ਸਾਡਾ ਇੱਥੇ ਆਉਣ ਦਾ ਸਿਰਫ ਮਕਸਦ ਇੰਨਾ ਹੀ ਹੈ ਵੀ ਲੋਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇੱਕ ਬੰਦੇ ਦੇ ਮਤਲਬ ਮੰਨ ਲਓ ਇਹ ਕਿੰਨਰ ਸਮਾਜ ਜਿਹੜਾ ਵੀ ਇੱਕ ਸੰਤ ਹੈ, ਕਿਉਂਕਿ ਨਾ ਨਾਰੇ ਨਾ ਨਾਰੀ ਹੈ, ਇਹ ਲੋਕਾਂ ਦੇ ਘਰ ਵਿੱਚੋਂ ਜਾ ਕੇ ਭੀਖ ਮੰਗ ਕੇ ਅਤੇ ਉਹਦੇ ਨਾਲ ਆਪਣੀ ਉਧਰ ਪੂਰਤੀ ਕਰਦੇ ਨੇ, ਜਿੱਥੇ ਖੁਸ਼ੀ ਕਮੀ ਦੇ ਬਦਲੇ ਜਾਂਦੇ ਨੇ ਲੋਕ। ਅਤੇ ਸਾਡੇ ਲੋਕ ਸਾਡੇ ਸਮਾਜ ਵਿੱਚ ਜਿਹੜਾ ਸਾਡਾ ਸਨਾਤਨੀ ਸਮਾਜ ਹੈ, ਜਾਂ ਸਾਡਾ ਸਿੱਖ ਸਮਾਜ ਹੈ, ਜਾਂ ਸਾਡੇ ਹਿੰਦੁਸਤਾਨੀ ਸਮਾਜ, ਇਹਦੇ ਵਿੱਚ ਪਿਆਰੋ ਇਹਨਾਂ ਨੂੰ ਇੱਕ ਸੰਤ ਦਾ ਦਰਜਾ ਦਿੱਤਾ ਜਾਂਦਾ। ਸੋ ਇਹਨਾਂ ਦੇ ਘਰ ਵਿੱਚ ਜਾ ਕੇ ਜੋ ਕਿ ਧੱਕੇ ਨਾਲ ਕਿਰਪਾਨਾਂ ਮਾਰ ਕੇ ਧੱਕੇ ਨਾਲ ਛੁਰੇ ਕਾਚੂ ਮਾਰ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ, ਅਤੇ ਇੱਥੋਂ ਪਤਾ ਲੱਗਦਾ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੋਂ ਕਿ ਭਾਅ ਜੀ ਨੇ ਅੱਗੇ ਦੱਸਿਆ ਤੁਹਾਨੂੰ ਗੁਰਮੀਤ ਸਿੰਘ ਨੇ ਵੀ ਇੰਨੀ ਪਰਫੈਕਟ ਇੱਥੋਂ ਦੀ ਜਿਹੜੀ ਲੋਅ ਐਂਡ ਆਰਡਰ ਦੀ ਸਥਿਤੀ ਸੀ ਉਹਨੂੰ ਇਹ ਕਿਸ ਤਰ੍ਹਾਂ ਭੰਗ ਕੀਤਾ ਜਾ ਰਿਹਾ, ਜਾਂ ਤਾਂ ਉਹਨਾਂ ਬੰਦਿਆਂ ਪਿੱਛੇ ਕੋਈ ਰਾਜਸੀ ਹੱਥ ਹੈ, ਜਾਂ ਫਿਰ ਇਹਦੇ ਵਿੱਚ ਪ੍ਰਸ਼ਾਸਨ ਦਾ ਫੈਸਲਾ, ਕਿਉਂ ਉਹਦੇ ਕੰਨ 'ਤੇ ਜੂਣੀ ਸਰਕਦੀ ਪਈ। ਸੋ ਅਸੀਂ ਤਾਂ ਪਿਆਰੋ ਸਾਡੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ, ਸੰਤ ਕੇ ਉਭਾਰਨੇ ਕੋ ਦੁਸ਼ਟ ਕੇ ਸੰਘਾਰਨੇ ਕੋ ਖਾਲਸਾ ਬਣਾਇਆ ਹੈ। ਖਾਲਸਾ ਅੱਜ ਵੀ ਕਿਤੇ ਵੀ ਮੁਸੀਬਤ ਆਉਂਦੀ, ਕਿਸੇ ਵੀ ਵਰਲਡ ਦੇ ਕਿਸੇ ਵੀ ਕੋਨੇ ਵਿੱਚ ਖਾਲਸਾ ਉੱਥੇ ਲੰਗਰ ਲਾਉਂਦਾ, ਹਰ ਤਰ੍ਹਾਂ ਦੀ ਤਨ ਮਨ ਧਨ ਕਰਕੇ ਸੇਵਾ ਕਰਦਾ। ਸੋ ਇਹਨਾਂ ਨਾਲ ਧੱਕਾ ਹੋਇਆ, ਅੱਜ ਵੀ ਅਸੀਂ ਮਨ ਬਚਨ ਕਰਮ ਕਰਕੇ ਅਸੀਂ ਪਿਆਰੋ ਇਹਨਾਂ ਨਾਲ ਤਨ ਮਨ ਧਨ ਕਰਕੇ ਕਰਾਂਗੇ, ਮਨ ਬਚ ਕਰਮ ਕਰਕੇ ਕਰਾਂਗੇ, ਹਰ ਤਰ੍ਹਾਂ ਅਸੀਂ ਬਿਲਕੁਲ ਇਹਨਾਂ ਦੇ ਨਾਲ ਆ ਜੀ। ਜੇ ਇਹਨਾਂ ਨਾਲ ਕੋਈ ਧੱਕਾ ਕਰੇਗਾ ਅਸੀਂ ਬਿਲਕੁਲ ਇਹਨਾਂ ਦੇ ਅੱਗੇ ਹੋ ਕੇ ਇਹਨਾਂ ਦੇ ਨਾਲ ਜੋ ਵੀ ਹੋਏਗਾ ਅਸੀਂ ਪ੍ਰਸ਼ਾਸਨ ਨੂੰ ਅਤੇ ਖਾਸ ਕਰਕੇ ਆਪਣੇ ਮੁੱਖ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਹਨਾਂ ਨੂੰ ਇਨਸਾਫ਼ ਦਵਾਇਆ ਜਾਏ, ਜੋ ਵੀ ਇਹਨਾਂ ਨਾਲ ਧੱਕਾ ਹੋਇਆ ਉਹ ਸਾਰਾ ਪਰਚਾ ਦਿੱਤਾ ਜਾਏ, ਬੰਦਿਆਂ ਦਾ ਉਹਨੂੰ ਚੁੱਕ ਕੇ ਅੰਦਰ ਕੀਤਾ ਜਾਏ, ਅਤੇ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਉਹਦੀ ਘੋਖ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਏ। ਜੇਕਰ ਇਹ ਕੰਮ ਨਾ ਹੋਇਆ ਤਾਂ ਖਾਲਸਾ ਬਿਲਕੁਲ ਡਟ ਕੇ ਇਹਨਾਂ ਦੇ ਅੱਗੇ ਹੋ ਕੇ ਇਹਨਾਂ ਦੇ ਨਾਲ ਖਲੋਏਗਾ। ਜ਼ਿਕਰਯੋਗ ਹੈ ਕਿ ਬੀਤੇ ਕਾਫ਼ੀ ਦਿਨਾਂ ਤੋਂ ਡੇਰੇ ਨੂੰ ਲੈ ਕੇ ਮਹੰਤ ਸਮਾਜ ਦੇ ਦੋਹਾਂ ਗਰੁੱਪਾਂ ਦੇ ਵਿਚਕਾਰ ਝੜਪ ਚੱਲ ਰਹੀ ਹੈ। ਆਪਸੀ ਵਿਵਾਦ ਨੇ ਬੀਤੇ ਦਿਨੀ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਤੋਂ ਬਾਅਦ ਕਿ ਦੋਹਾਂ ਹੀ ਧਿਰਾਂ 'ਤੇ ਇੱਕ ਦੂਜੇ 'ਤੇ ਇਲਜ਼ਾਮ ਲੱਗ ਰਹੇ ਨੇ। ਅਤੇ ਅੱਜ ਪੀੜਤ ਧਿਰ ਦੇ ਵੱਲੋਂ ਫਿਰ ਇੱਕ ਵਾਰ ਪਟਿਆਲਾ ਬੱਸ ਸਟੈਂਡ ਦਾ ਘਿਰਾਓ ਕੀਤਾ ਗਿਆ, ਜਿੱਥੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਜਲਦ ਤੋਂ ਜਲਦ ਬੰਦੀ ਮਹੰਤਾਂ ਨੂੰ ਰਿਹਾਅ ਕਰਾਇਆ ਜਾਵੇ ਅਤੇ ਇਹਨਾਂ ਮਹੰਤਾਂ ਨੂੰ ਬੰਦ ਦਾ ਇਨਸਾਫ਼ ਦਵਾਇਆ ਜਾਵੇ।